ਦੂਜੀ ਕਿੱਥੇ ਦੀ ਸੌਦੇ ਨੀ ਅਤੇ ਹਾਂਜੀ ਵੈਲਕਮ ਜੀ ਅਤੇ ਕੀ ਹਾਲ ਚਾਲ ਜੀ ਠੀਕ ਠਾਕ ਜੀ ਸਾਰੇ ਅਤੇ ਲਓ ਜੀ ਆ ਗਏ ਆਪਾਂ ਇੱਕ ਹੋਰ ਨਿਊ ਟਰੈਕਿੰਗ ਬਲੌਗ ਲੈ ਕੇ ਅਤੇ ਅੱਜ ਆਪਾਂ ਹੱਲੇ ਤਾਂ ਕੰਪਨੀ 'ਚ ਹੀ ਹਾਂ ਹੁਣੇ ਹੁਣੇ ਆਏ ਆ ਮੋਰਨਿੰਗ ਸਵੇਰੇ ਰੂਮ 'ਚ ਹੀ ਗਏ ਰੂਮ 'ਚੋਂ ਇੱਥੇ ਆਏ ਅਤੇ ਹੁਣ ਦੇਖਦੇ ਹਾਂ ਲੋਡ ਹੈਗਾ ਆਪਣਾ ਅੱਜ 10 ਵਜੇ ਕੱਲ੍ਹ ਹੀ ਦੇ ਦਿੱਤਾ ਸੀਗਾ ਲੋਡ ਰਾਤ ਹੀ ਅੱਜ ਆਪਾਂ ਜਾਣਾ ਲੋਡ ਕਰਨ ਲੋਡ ਹੈਗਾ ਇਹ ਦਮਾਮ ਦਾ ਸਾਊਦੀ ਅਰਬ ਦਮਾਮ ਇਹ ਆਪਾਂ ਤਮਾਮ ਦਾ ਰੀਫਰ ਚੱਕ ਕੇ ਲੋਡ ਕਰਨਾ ਹੈ ਅਤੇ ਆਪਣਾ ਟਰੱਕ ਜਿਹੜਾ ਰੈਡੀ ਆ ਬਿਲਕੁਲ ਓਕੇ ਆ ਚੈੱਕ ਚੁੱਕ ਕੀਤਾ ਸਾਰਾ ਕੁਝ ਓਕੇ ਆ ਬਸ ਹੁਣ ਜਾਣਾ ਹੀ ਆ ਟਾਈਮ ਅਜੇ 8 ਕੁ ਵਜੇ ਆ 10 ਵਜੇ ਆਪਣਾ ਲੋਡ ਮਤਲਬ 9 ਕੁ ਵਜੇ ਇੱਥੋਂ ਨਿਕਲ ਜਾਵਾਂਗੇ ਲਾਗੇ ਹੀ ਆ ਵੈਸੇ ਜਾਣਾ 10 ਕੁ ਵਜੇ ਪਹੁੰਚ ਜਾਣਾ ਆਪਾਂ ਅਤੇ ਕਰਦੇ ਹਾਂ ਗੱਲਾਂ ਬਾਤਾਂ ਅਤੇ ਕਰਦੇ ਹਾਂ ਵਲੌਗ ਅੱਜ ਦਾ ਸਟਾਰਟ ਅਤੇ ਨਾਲੇ ਲੈ ਕੇ ਚੱਲਦੇ ਤੁਹਾਨੂੰ ਆਪਾਂ ਵੀ ਨਾਲ ਨਾਲ ਕਰਦੇ ਹਾਂ ਲੋਡਿੰਗ ਅਤੇ ਬਾਅਦ 'ਚ ਕਰਾਂਗੇ ਖਾਲੀ ਜਾ ਕੇ ਬਾਰਡਰ ਤੋਂ ਨਿਕਲਾਂਗੇ ਸਾਰਾ ਕੁਝ ਤੁਹਾਡੇ ਨਾਲ ਚੱਲਾਂਗੇ ਆਪਾਂ ਦੁਬਈ ਤੋਂ ਸਾਊਦੀ ਅਰਬ ਅਤੇ ਆ ਜਾਓ ਫਿਰ ਚੱਲਦੇ ਹਾਂ ਹੁਣ ਆਪਾਂ ਵੈਸੇ ਤਾਂ ਸਾਰਾ ਕੁਝ ਚੈੱਕ ਕੀਤਾ ਹੀ ਆ ਅਤੇ ਬਾਕੀ ਬਸ ਹੁਣ ਪੇਪਰ ਆ ਜਿਹੜੇ ਫੜਨੇ ਅੰਦਰੋਂ ਪੇਪਰ ਲੈ ਕੇ ਅਤੇ ਫਿਰ ਨਿਕਲ ਜਾਣਾ ਆਪਾਂ ਸਿੱਧਾ ਲੋਡਿੰਗ ਨੂੰ ਅਤੇ ਵੇਟ ਕਰਦੇ ਹਾਂ ਥੋੜ੍ਹਾ ਟਾਈਮ ਪੇਪਰ ਲੈ ਕੇ ਫਿਰ ਨਿਕਲਦੇ ਹਾਂ ਅਤੇ ਚਲੋ ਫਿਰ ਮੈਂ ਫੜਾ ਪੇਪਰ ਜਿਹੜਾ ਮਿਲਦੇ ਤੁਹਾਨੂੰ ਆ ਜਾਓ ਇਹ ਆਪਣਾ ਟਰੱਕ ਬਿਲਕੁਲ ਰੈਡੀ ਆ ਰੀਫਰ ਵੀ ਰੈਡੀ ਆ ਸਾਰਾ ਕੁਝ ਸੂਰਜ ਵੀ ਰੈਡੀ ਆ ਧੁੱਪ ਲੱਗੀ ਪੂਰੀ ਅਤੇ ਹਾਂਜੀ ਲਓ ਜੀ ਪੇਪਰ ਹੋ ਗਏ ਰੈਡੀ ਮਿਲ ਗਏ ਆਪਾਂ ਨੂੰ ਹੁਣ ਚੱਲੇ ਹਾਂ ਆਪਾਂ ਸਿੱਧਾ ਲੋਡ ਕਰਨ ਅਤੇ ਚੱਲਦੇ ਹਾਂ ਸਿੱਧਾ ਲੱਗ ਗਈ ਕੰਪਨੀ ਤੋਂ 2 ਕਿਲੋਮੀਟਰ ਦੂਰ ਹੀ ਆ ਅਤੇ ਪਹੁੰਚ ਜਾਣਾ ਆਪਾਂ 5 ਮਿੰਟਾਂ 'ਚ ਕੰਪਨੀ 'ਚ ਅਤੇ ਚੱਲਦੇ ਹਾਂ 10 ਵਜੇ ਦਾ ਲੋਡ ਆ ਵੈਸੇ ਅਜੇ 9:15 ਹੋਏ ਆ ਮਤਲਬ ਟਾਈਮ ਪਿਆ ਅਜੇ ਕਾਫੀ ਪਰ ਆਪਾਂ ਅੱਧਾ ਘੰਟਾ ਪਹਿਲਾਂ ਉੱਥੇ ਪਹੁੰਚ ਜਾਣਾ ਮਤਲਬ 30 ਕੁ ਮਿੰਟ ਪਹਿਲਾਂ ਮਤਲਬ ਆਪਾਂ ਜਾ ਕੇ ਆਪਣਾ ਮਤਲਬ ਚੈੱਕ ਇਨ ਕਰ ਦੇਣਾਗੇ ਅਸੀਂ ਪਹੁੰਚ ਗਏ ਹਾਂ ਅਤੇ ਚਲੋ ਚੱਲਦੇ ਹਾਂ ਹੁਣ ਸਿੱਧਾ ਆ ਜਾਓ ਕੰਪਨੀ 'ਚ ਲੱਗ ਗਈ ਇੱਥੇ ਚਲੋ ਆ ਜਾਓ ਫਿਰ ਅਤੇ ਹਾਂਜੀ ਵੈਸੇ ਆਪਾਂ ਤਾਂ ਆਪਣੀ ਟਾਈਮਿੰਗ ਨਾਲ ਪੂਰੀ ਨਾਲ ਪਹੁੰਚ ਗਏ ਹਾਂ ਪਰ ਹਾਲੇ ਕੰਪਨੀ 'ਚ ਮੈਂ ਗਿਆ ਸੀਗਾ ਸਕਿਉਰਟੀ ਕੋਲ ਪਤਾ ਕਰਨ ਆਪਾਂ ਮਤਲਬ ਪੇਪਰ ਆਪਣੇ ਕਰਾ ਤੇ ਵੈਸੇ ਜਮ੍ਹਾਂ ਪਰ ਉਹ ਕਹਿੰਦੇ ਕਿ ਹਾਲੇ ਹੋਲਡ 'ਤੇ ਆ ਜਿਹੜਾ ਲੋਡ ਆ ਤੁਹਾਡਾ ਉਹ ਹੋਲਡ 'ਤੇ ਆ ਪਤਾ ਨਹੀਂ ਆ ਹੋਣਾ ਜਾਂ ਨਹੀਂ ਹੋਣਾ ਦੱਸਦੇ ਹਾਂ ਕੀ ਬਣਦਾ ਹੋ ਸਕਦਾ ਕੈਂਸਲ ਵੀ ਹੋ ਸਕਦਾ ਪਰ ਨਾ ਹੀ ਹੋਵੇ ਕੈਂਸਲ ਤਾਂ ਚੰਗਾ ਵਾ ਕਿਉਂਕਿ ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਹੁਣ ਉਹ ਕਹਿੰਦੇ ਵੇਟ ਕਰੋ ਤੁਹਾਨੂੰ ਕਾਲ ਕਰਦੇ ਹਾਂ ਕਿ ਜਦੋਂ ਅੰਦਰੋਂ ਕਾਲ ਆਊਗੀ ਕਿ ਰੈਡੀ ਆ ਤਾਂ ਫਿਰ ਅੰਦਰ ਘੱਲਾਂਗੇ ਤੁਹਾਨੂੰ ਅਤੇ ਚਲੋ ਉਨਾ ਚਿਰ ਆਪਾਂ ਵੇਟ ਕਰਦੇ ਹਾਂ ਅਤੇ ਦੇਖਦੇ ਹਾਂ ਕੀ ਬਣਦਾ ਵਾ ਆਪਾਂ ਕੰਪਨੀ ਦੇ ਤਾਂ ਬਾਹਰ ਖੜ੍ਹ ਗਏ ਹੁਣ ਆ ਕੇ ਦੇਖਦੇ ਹਾਂ ਸਾਹਮਣੇ ਇੱਧਰ ਕੰਪਨੀ ਹੈ ਅਤੇ ਚਲੋ ਕੋਈ ਨਾ ਵੇਟ ਕਰਦੇ ਹਾਂ
ਜੇ ਹੋ ਜੂਗਾ ਸਹੀ ਆ, ਨਾ ਆਊਗਾ ਤੇ ਚਲੋ ਮਰਜ਼ੀ ਆ। ਚਲੋ ਓਕੇ, ਵੇਟ ਕਰਦੇ ਆ। ਤੇ ਹਾਂਜੀ ਉਹੀ ਹੋ ਗਿਆ ਜਿਹਦਾ ਡਰ ਡਰ ਨਹੀਂ ਕਹਿ ਸਕਦੇ, ਮਤਲਬ ਕਿ ਉਹਨਾਂ ਕਿਹਾ ਸੀਗਾ ਕਿ ਲੋਡ ਤੁਹਾਡਾ ਜਿਹੜਾ ਉਹ ਮੇ ਵੀ ਆ ਕਿ ਹੋਲਡ ਕੀਤਾ, ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ। ਤੇ ਹੁਣ ਆਪਾਂ ਨੂੰ ਕੰਪਨੀ ਤੋਂ ਆਪਣੀ ਤੋਂ ਕਾਲ ਆ ਗਈ ਕਿ ਵਾਪਸ ਆ ਜਾ, ਤੇਰਾ ਲੋਡ ਉੱਥੋਂ ਨਹੀਂ ਆ, ਦੂਜੀ ਜਗ੍ਹਾ ਤੋਂ ਆ, ਉਹ ਕੈਂਸਲ ਹੋ ਗਿਆ ਜਾਂ ਕੀ ਹੋ ਗਿਆ ਪਤਾ ਨਹੀਂ। ਅਤੇ ਕਹਿੰਦੇ ਕਿ ਦੂਜੀ ਜਗ੍ਹਾ ਤੋਂ ਲੋਡ ਆ ਅਤੇ ਆ ਜਾ ਵਾਪਸ। ਅਤੇ ਆਪਣੇ ਜਿਹੜੇ ਪੇਪਰ ਆ ਉਹ ਵੀ ਆਪਾਂ ਨੂੰ ਚੇਂਜ ਕਰਾਉਣੇ ਪੈਂਦੇ ਆ ਹਰ ਵਾਰੀ, ਕਿਉਂਕਿ ਉਹ ਨੰਬਰ ਹੁੰਦਾ ਫਿਰ ਉੱਤੇ ਜਿਹੜਾ ਆਪਣਾ ਲੋਡ ਹੁੰਦਾ ਸਾਰਾ ਉਹਦਾ ਡਿਟੇਲ ਹੁੰਦੀ ਆ, ਅਤੇ ਉਹ ਹੁਣ ਆਪਾਂ ਚੇਂਜ ਕਰਾਵਾਂਗੇ। ਚੱਲਦੇ ਹਾਂ ਸਿੱਧਾ ਆਪਣੀ ਕੰਪਨੀ ਦੇ ਬਾਹਰ। ਉਹ ਆ ਗਈ ਆਪਣੀ ਸਾਹਮਣੇ ਕੰਪਨੀ, ਇੱਥੋਂ ਮਤਲਬ ਦੋ ਕਿਲੋਮੀਟਰ ਦੂਰ ਹੀ ਗਏ ਇੱਧਰਲੀ ਸਾਈਡ ਕੰਪਨੀ ਜਿੱਥੋਂ ਲੋਡ ਕਰਨ ਗਿਆ। ਅਤੇ ਹੁਣ ਆਪਾਂ ਆਪਣੀ ਕੰਪਨੀ ਦੇ ਟੱਕਦੇ ਹਾਂ ਬਾਹਰ ਟਰੱਕ ਨੂੰ, ਅਤੇ ਚੱਲਦੇ ਅੰਦਰੋਂ ਲਿਆਵਾਂਗੇ ਪੇਪਰ ਚੇਂਜ ਕਰਵਾ ਕੇ। ਜਿਹੜੇ ਪਹਿਲੇ ਪੇਪਰ ਆ ਉਹ ਕਿਸੇ ਕੰਮ ਨਹੀਂ ਹੁਣ, ਉਹਨਾਂ ਨੂੰ ਚੇਂਜ ਕਰਾ ਕੇ ਉਹਨਾਂ ਦੇ ਜਿੱਦਾਂ ਨਵੇਂ ਪੇਪਰ ਨਿਕਲਣਗੇ ਉਹਨਾਂ ਦੇ, ਜਿਹੜਾ ਆਪਣਾ ਹੁਣ ਜਿਹੜਾ ਲੋਡ ਹੋਊਗਾ ਉਹਦਾ ਸਾਰਾ ਨੰਬਰ ਡਿਟੇਲ ਉਹਦੀ ਹੋਊਗੀ। ਅਤੇ ਚਲੋ ਚੱਲਦੇ ਹਾਂ ਹੁਣ, ਅਤੇ ਕਰਾਉਂਦੇ ਹਾਂ ਚੇਂਜ ਜਲਦੀ ਜਲਦੀ, ਫਿਰ ਚੱਲਦੇ ਹਾਂ ਲੋਡ ਕਰਨ। ਆ ਗਈ ਸਾਹਮਣੇ ਆਪਣੀ ਕੰਪਨੀ। ਅਤੇ ਹਾਂਜੀ ਲਓ ਜੀ ਪਹੁੰਚ ਗਏ ਆਪਾਂ ਕੰਪਨੀ ਦੇ ਬਾਹਰ ਅੰਦਰ। ਪਹਿਲਾਂ ਉਹਨਾਂ ਨੂੰ ਚੈੱਕ ਕਰਾਉਣਾ ਹੁੰਦਾ, ਦੂਜੀ ਕੰਪਨੀ 'ਚ ਪਹੁੰਚ ਗਏ ਹੁਣ ਆਪਾਂ, ਸਿਕਿਉਰਿਟੀ ਕੋ ਕਰ ਰਹੇ ਪਤਾ, ਕਾਫੀ ਟਾਈਮ ਹੋ ਗਿਆ, ਇੱਕ ਘੰਟਾ ਹੋ ਗਿਆ ਇੱਥੇ ਖੜ੍ਹੇ ਨੂੰ, ਉਹ ਥੋੜ੍ਹਾ ਪੇਪਰਾਂ ਦੀ ਪ੍ਰੋਬਲਮ ਕਰਕੇ ਚੱਲਣ ਦਿਆ ਇਹ ਕੰਮ। ਅਤੇ ਹੁਣ ਹੋ ਗਿਆ, ਹੁਣ ਆਪਾਂ ਟਰੱਕ ਲੈ ਕੇ ਚੱਲਦੇ ਹਾਂ ਅੰਦਰ ਅਤੇ ਕਰਦੇ ਇਹਨੂੰ ਲੋਡ, ਦੇਖਦੇ ਹਾਂ ਕਦੋਂ ਤੱਕ ਲੋਡ ਹੁੰਦਾ। ਗਰਮੀ ਬਹੁਤ ਆਈ ਅਤੇ ਤੁਰ ਕੇ ਜਾਣਾ ਪੈਂਦਾ ਉਹਨਾਂ ਦੇ ਕੋਲ, ਅਤੇ ਕੋਈ ਨਾ ਚੱਲਦੇ ਹਾਂ ਹੁਣ ਅੰਦਰ ਅਤੇ ਦੇਖਦੇ ਹਾਂ ਕੀ ਬਣਦਾ। ਅਤੇ ਹਾਂਜੀ ਲਓ ਜੀ ਟਰੱਕ ਆਪਣਾ ਹੋ ਗਿਆ ਲੋਡ, ਹੁਣ ਆਪਾਂ ਰੈਡੀ ਹਾਂ ਬਿਲਕੁਲ ਬਾਰਡਰ ਵੱਲੋਂ ਜਾਣ ਲਈ। ਅਤੇ ਵੇਟ ਵੀ ਬਹੁਤ ਜ਼ਿਆਦਾ, ਕਾਫੀ ਵੇਟ ਆ, ਇੱਕ ਗਰਮੀ ਬਹੁਤ ਜ਼ਿਆਦਾ ਆ, ਅੱਜ ਮੰਦੇ ਹਾਲ ਕਿਤੇ ਪਏ, ਗਰਮੀ ਨੇ ਬਹੁਤ ਜ਼ਿਆਦਾ ਗਰਮੀ ਸੀਗੀ। ਅਤੇ ਜਦੋਂ ਲੋਡ ਕਰਵਾਉਣਾ ਹੁੰਦਾ ਉਦੋਂ ਫਿਰ ਗਰਮੀ ਦਾ ਤਾਂ ਝੱਲਣਾ ਹੀ ਪੈਂਦਾ, ਕਿਉਂਕਿ ਲੋਡ ਕਰਨ ਵੇਲੇ ਟਰੱਕ 'ਚ ਉਤਰਨਾ, ਫਿਰ ਚੜ੍ਹਨਾ ਉਤਰਨਾ, ਕੋਈ ਕੰਮ ਕਰਨਾ ਟਾਈਮ ਲੱਗ ਜਾਂਦਾ, ਅਤੇ ਗਰਮੀ ਝੱਲਣੀ ਪੈਂਦੀ ਆ ਸਰੀਰ 'ਤੇ, ਅਤੇ ਔਖਾ ਹੋਇਆ ਪਿਆ ਕੰਮ। ਇੱਕ ਆ ਬੂਟ ਪਾਏ ਆ ਸੇਫਟੀ, ਹੁਣ ਇਹਨਾਂ ਨੂੰ ਲਾਈਏ ਅਤੇ ਵਰਦੀ ਵਰਦੀ ਲਾ ਲਈਏ, ਰੈਡੀ ਹੋਈਏ ਹੁਣ ਬਾਰਡਰ ਵੱਲ ਨੂੰ, ਖੁੱਲ੍ਹੇ ਖੁੱਲ੍ਹੇ ਕੱਪੜੇ ਪਾ ਲਈਏ ਹੁਣ, ਕਿਉਂਕਿ ਆਪਾਂ ਟਰੱਕ ਹੀ ਡਰਾਈਵ ਕਰਨਾ। ਅਤੇ ਚੱਲਦੇ ਹਾਂ ਹੁਣ, ਪਹਿਲਾਂ ਮੈਂ ਚੇਂਜ ਕਰਾਂ ਫਿਰ ਬੂਟ ਬਾਟ ਲਾਵਾਂ ਜਿਹੜੇ ਸੇਫਟੀ ਪਾਏ ਹੋਏ ਆ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਚੇਂਜ ਕਰਕੇ। ਆਇਓ ਅਤੇ ਹਾਂਜੀ ਚੇਂਜ ਕਰਕੇ ਅਤੇ ਰੈਡੀ ਹਾਂ ਹੁਣ ਆਪਾਂ ਜਾਣ ਲਈ, ਅਤੇ ਚੱਲਦੇ ਹਾਂ ਹੁਣ, ਕਿਉਂਕਿ ਬਾਹਰ ਨਿਕਲਣ ਨੂੰ ਮੇਰਾ ਔਖਾ ਨਹੀਂ ਜੀ ਕਰ ਰਿਹਾ। ਵੈਸੇ ਤਾਂ ਟਾਈਮ ਕਾਫੀ ਹੋ ਗਿਆ, 5-6 ਵਜੇ ਚੱਲੇ ਆ, ਪਰ ਹਾਲੇ ਵੀ ਬਾਹਰ ਗਰਮੀ ਬਹੁਤ ਆ, ਤਾਂ ਕਰਕੇ ਬਾਹਰ ਨਿਕਲਣ ਨੂੰ ਨਹੀਂ ਜੀ ਕਰਦਾ। ਇਸੇ ਕਰਕੇ ਮੈਂ ਕਿਹਾ ਕਿ ਹੁਣ ਆਪਾਂ ਟਰੱਕ ਦੇ ਅੰਦਰ ਹੀ ਰਹਿਣਾ, ਜੇ ਬਾਹਰ ਨਿਕਲਿਆ ਫਿਰ ਗਰਮੀ ਨਾ, ਜਿਹੜਾ ਜਿਹਨੂੰ ਟਰੱਕ 'ਚ ਆ ਕੇ ਫਿਰ ਠੰਡਾ ਜਿਹਾ ਮਸਾ ਹੀ ਹੁੰਦਾ ਕਿਤੇ, ਏ ਸੀ ਵੀ ਇੰਨਾ ਕੰਮ ਨਹੀਂ ਕਰਦੇ, ਜਦੋਂ 45-50 ਦੇ ਟੈਂਪਰੇਚਰ ਹੁੰਦਾ ਫਿਰ ਏ ਸੀ ਵਿਚਾਰੇ ਉੱਥੇ ਕੀ ਕਰਨ। ਅਤੇ ਚਲੋ ਹੁਣ ਆਪਾਂ ਨਿਕਲਦੇ ਹਾਂ ਸਿੱਧਾ, ਅਤੇ ਆਪਾਂ ਪਾ ਲਿਆ ਟੀ ਸ਼ਰਟ ਅਤੇ ਨਾਲ ਨਿੱਕਰ ਪਾ ਕੇ ਚਲਾਉਣਾ ਹੁਣ ਆਪਾਂ। ਵੈਸੇ ਕਈ ਵੀਰ ਕਹਿੰਦੇ ਆ ਕਿ ਇੱਦਾਂ ਉੱਦਾਂ ਚੱਪਲਾਂ ਪਾ ਕੇ ਚਲਾਉਂਦੇ, ਚੱਪਲਾਂ ਪਾ ਕੇ ਚਲਾਉਣਾ ਪੈਂਦਾ ਬਾਈ, ਇੱਥੇ ਚੱਪਲਾਂ ਪਾ ਕੇ ਚਲਾਉਣਾ ਪੈਂਦਾ ਜਿੰਨੀ ਗਰਮੀ ਆ ਇੱਥੇ, ਇੱਥੇ ਆਪਾਂ ਬੂਟ ਪਾ ਕੇ ਕੈਰੀ ਨਹੀਂ ਕਰ ਸਕਦੇ ਜ਼ਿਆਦਾ ਟਾਈਮ, ਨਿੱਕਰ ਪਾ ਕੇ ਚਲਾਉਣਾ ਪੈਂਦਾ, ਕਿਉਂਕਿ ਜ਼ਿਆਦਾ ਟਾਈਮ ਜੇ ਆਪਾਂ ਲੋਅਰ ਜਾਂ ਬੂਟ ਪਾਵਾਂਗੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ, ਉਹਦਾ ਕਰਕੇ ਫਿਰ ਥੋੜ੍ਹਾ ਔਖਾ ਹੋ ਜਾਂਦਾ। ਤਾਂ ਚਲੋ ਮਿਲਦੇ ਹਾਂ ਤੁਹਾਨੂੰ, ਔਲ ਆ ਗਈ ਇਹ ਅਟੈਂਡ ਕਰ ਲਈਏ ਪਹਿਲਾਂ। ਅਤੇ ਹਾਂਜੀ ਇਹ ਜੀ ਸਾਹਮਣੇ ਹੈਗਾ ਰੌਂਡਾ ਬੋਰਡ, ਜਿਹਨੂੰ ਰੌਂਡਾ ਬੋਰਡ ਕਹਿੰਦੇ, ਇੱਥੇ ਮਤਲਬ ਗੋਲ ਗੋਲ ਆ ਚਾਰੇ ਪਾਸਿਓਂ ਇਹਦੇ ਰੋਡ ਆਉਂਦੇ ਆ। ਵੈਸੇ ਇੱਥੇ ਚਾਰੇ ਪਾਸਿਓਂ ਨਹੀਂ ਆਉਂਦਾ, ਇੱਥੇ ਇੱਧਰਲੀ ਸਾਈਡ ਜਿਹੜੀ ਇਹ ਮਤਲਬ ਕਿ ਬੰਦ ਆ, ਇੱਧਰ ਨੂੰ ਨਹੀਂ ਹੈਗਾ ਰੋਡ, ਪਰ ਇਹਦੇ ਵਿੱਚ ਜਿੱਦਾਂ ਇੱਦਾਂ ਟ੍ਰੈਫਿਕ ਜ਼ਿਆਦਾ, ਜੇ ਇਹਦੇ ਵਿੱਚ ਐਂਟਰ ਹੋਣਾ ਹੋਵੇ ਬੜਾ ਕਈ ਵਾਰ ਮਤਲਬ ਕਿ ਮੁਸ਼ਕਲ ਆਉਂਦੀ ਹੈ, ਜਿੱਦਾਂ ਪਿਛਲਾ ਜਿਹੜਾ ਰੌਂਡਾ ਬੋਰਡ ਸੀ ਉਹ 'ਚ ਬਹੁਤ ਮੁਸ਼ਕਲ ਨਾਲ ਮਤਲਬ ਕਿ ਐਂਟਰ ਹੋਇਆ ਜਾਂਦਾ ਇਹ 'ਚ, ਚਲੋ ਕਿਉਂਕਿ ਇੱਧਰ ਨੂੰ ਰੋਡ ਨਹੀਂ ਹੈਗਾ ਅਤੇ ਇੱਧਰੋਂ ਸਾਹਮਣੇ ਮੇਨ ਰੋਡ ਆ, ਇਹਦਾ ਕਰਕੇ ਟ੍ਰੈਫਿਕ ਘੱਟ ਆ, ਇੱਧਰੋਂ ਆਪਾਂ ਆਸਾਨੀ ਨਾਲ ਐਂਟਰ ਹੋ ਸਕਦੇ ਹਾਂ। ਲੈਫਟ ਸਾਈਡ ਵੇਖਣੀ ਜ਼ਰੂਰੀ ਆ ਕਿ ਲੈਫਟ ਸਾਈਡ ਤੋਂ ਕੋਈ ਚੀਜ਼ ਨਹੀਂ ਆਉਂਦੀ,
जो लैफ्ट साइड तो चीज़ आँदी हुई फिर आप पक्का स्टॉप करना ही पैना इतने पिछे जिन्ना चर लैफ्ट वाला पूरा क्लीयर नहीं हों उन्ना चर नहीं आप एंटर हो सकते ये अंदर तो हूँ आप जिदा पहला एंटर हो गए हम लैफ्ट वाला उधर वाला जो राइट वाला वो नहीं एंटर हो सकता अपने तो जिन्ना चर आप लंघते नहीं तो कई तरह यहोजे राउंडअबाउटा के वाहवा मुसीबत आँदी है जो ज़्यादा जिते रश हों जो अपने को जिदा लोड भी ज़्यादा हो ट्रक फिर क्योंकि ट्रक जोड़ा वा वो अंदर एंटर होने टाइम लगता थोड़ा जहा जिदा कारा कूरा पेल आ जाए अगे तो किस वे थोड़ा जहा औखा हो जाता कम पर चलो कोई ना पर चली जाता वधिया सिस्टम पर यह जो राउंडअबाउट आप लंघ आए हैं हले तो अगे मतलब हूँ ही आप तुरे ही हैं जो कंपनी अपनी जो तो इतों अगे कोई राउंडअबाउट नहीं आना अपन बॉडर तक बस दो मोड़ आने मोड़ ही कह देंगे जिदा जो टर्न कह सकते हैं कि राइट लैफ्ट जिन्हें भी किन्ने आने वो सिर्फ दो आने एक पहला राइट आना उस तो बाद लैफ्ट आना हले इतों वैसे 450 किलोमीटर है बॉडर पर 450 किलोमीटर के दो ही अपन जो राइट तो लैफ्ट करना एक राइट करना पहला उस तो बाद आप लैफ्ट करना तो फिर सीधा वो रोड जो बॉडर से चल जाता इतों काफ़ी अगे जाके जो आप राइट करना उस तो अगे जाके एक लैफ्ट करना तो बस फिर आप सीधा वो रोड बॉडर से ही जाता अगला तो चलते हूँ हौली हौली तो कोई ना वेट वैसे अपने को 24 टन 24 टन काफ़ी हों वैसे कई वास्ते नहीं काफ़ी पर साढ़े वास्ते काफ़ी हों तो चलो कोई ना बाकी चलेंगे हौली हौली कोई टेंशन नहीं गी तो शामाइया पै गई वा 6 बज गए 6 तो उपर हो गया टाइम तो हूँ नेरा भी हो जाना थोड़े टाइम तक 7-7:30 तक हो जाता नेरा 7-7:30 तक हो ही जाता मे बी हले तो वैसे धुप धुप ही लगती एकदम ही हूँ थले चल जाना सूरज ने तो फिर वधिया वा थोड़ा नेरा हो ठंडा हो जू मौसम हले तो टैंपरेचर जरा 40 दे आ 40 तो थोड़ा जहा थले आ चलिया हूँ पहला दिने तो 45 तक पहुँचा 45 तो प्लस ही हूँ 40 तो थले आना शुरू स्टार्ट हो गया रात में 30 तो आ जाता तो चलो कोई ना चलते हूँ सीधा आप बॉडर वालू तो आज फिर सीधा तो हाँ जी हले आप 10-15 किलोमीटर ही आए हैं पहला स्टॉप अपना 10-15 किलोमीटर से ही आ गया क्योंकि आप हर बारी ये पंप तो ही आप चाह पानी या रोटी जो भी खा के फिर ही निकली दा अगे क्योंकि इस तो अगे पंप आना नहीं जल्दी कित्या ता करके फिर इतों ही खा पी के निकल जाइदा तो चलते हूँ पंप ते होटल ते खाने पीने कुछ तो फिर देखते हैं अगे की बनता तो अपने नाल दे दो खड़ गए और आ गए कट्ठे कट्ठे चलेंगे दो जने वो आ एक आप 3 जने बॉडर तक चलेंगे कट्ठे ही वैसे लोड उन्हों का और कि अपना और कि पर बॉडर तो कट्ठिया नहीं लंघना तो चलो फिर खा के रोटी पानी फिर देखते हैं तो हाँ जी लो जी पीया चाह पानी आप चाह ही पीती है रोटी खावे अगे जाके केंद्र नाल के मुंडे दो और ही गए वो केंद्र अगे जाके खावे रोटी हूँ तो चलो चलते हैं मौसम वधिया हो गया हूँ वैसे हूँ अंदर गड्डी जी वधिया चला वधिया लगेगा तो बाकी ए वाला जरा रीफर पाया अपना एरकी अमेरिकन रीफर नवे रीफर आए मतलब अमेरिका नवे वैसे आप पहला भी अमेरिकन चलाया पर यह बिल्कुल नवा ही अजे जिदा कि टायरों में आ जड़िया पैपा लगियां ना अभी जो पहली बार वेखिया ही पैपा लगियां तो यह ऑटोमैटिक हवा भर दियाँ मतलब टायरों जे अपने टायरों हवा ज थोड़ी लूज होंगी जिदा भी ऑटोमैटिक हवा भर दियाँ तो जो अं पहली बार वेखे अखी का वाह कि वधिया जो मैं हूँ 2.5 साल हो गए कंपनी च तो पहली बार पाया ये जरा नवा वैसे अमेरिकन चलाए आ यूरोप नाले भी चलाए ये सिंगल मतलब डबल डबल एक्सल जिन्हों कह दें डबल एक्सल आए तो वैसे आप 3 एक्सल जोड़े वह भी चलाए आ तो ये डबल एक्सल तो ये है अमेरिकन नवा ही है वैसे काफ़ी नवा वा मतलब तो वैसे यदा डर भी हाँ चला का पहला अंदर चलीए गल करते आप कि डर डर यदा यही हों कि जे कि बॉडर से लग लुग गया तो फिर औखा ये हाथ काम क्योंकि कंपनी ने पैसे भी बहुत कट्टने फिर ये नवा रीफर आ वैसे मैं जदों का आया पहली बार ये पाया यार कि वैसे अमेरिकन चलाए वाधू बारी पर यह पहली बार पाया तो चलो कोई ना हौली हौली इनू लैके जाना आप सेफ सेफ बॉडर से भी सेफ सेफ रखना क्योंकि बॉडर से बहुत ज़्यादा गड्डिया वजदियाँ तो नुकसान होंगे क्योंकि रश बहुत ज़्यादा होंगे हरेक काली होंगी कि मैं पहला लंघ जा मैं पहला लंघ जा तो हौली हौली चला पैंता उत्थे जाके तो चलो कोई ना मौसम हो गया वधिया हूँ आप चलते हैं सीधा हूँ देखते हैं एक ब्रेक होर होगा अपना रस्ते जिते आप रोटी राटी खावे जाके रात में तो चलो फिर निकलते हैं हम सीधा आप जल्दी जल्दी तो आ जाओ।
ਤੇ ਹਾਂਜੀ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਬਾਰਡਰ ਤੇ ਇਹ ਸਾਹਮਣੇ ਅੱਗੇ ਬਾਰਡਰ ਆ ਤੇ ਟਾਈਮ ਹੋ ਗਿਆ ਜੀ 3 ਵਜ ਚੱਲੇ ਆ ਸਵੇਰ ਦੇ ਹੀ ਹੋ ਚੱਲੇ ਹੁਣ ਦੇ ਰਾਤ ਦੇ ਤੇ ਛੱਡੋ ਸਵੇਰ ਦੇ ਹੋ ਚੱਲਿਆ 3 ਦਾ ਟਾਈਮ ਤੇ ਪਹੁੰਚ ਗਏ ਆਪਾਂ ਬਾਰਡਰ ਤੇ ਆ ਸਾਹਮਣੇ ਅੱਗੇ ਬਾਰਡਰ ਹੀ ਆ ਤੇ ਕਾਫੀ ਟਾਈਮ ਲੱਗ ਗਿਆ ਅੱਜ ਕਿਉਂਕਿ ਵੇਟ ਵੀ ਜ਼ਿਆਦਾ ਸੀ ਤੇ ਅੱਗੇ ਲਾਈਨ ਲੱਗੀ ਆਉਂਦੀ ਟਰੱਕਾਂ ਦੀ वैसे नींद भी आँदी ही रस्ते विच पर फिर भी आप पहुँच ही गए मैं क्या चलो पहुँच ही जाने लास्ट जिथे आप बॉर्डर से हूँ करा थोड़ा टाइम रैसट देखते हैं पेपर रेडी हो या नहीं पेपर रेडी नूं टाइम लगता थोड़ा हो सकता हो गया रेडी हो सकता जी लेट हो बाकी जाके पता करते हैं की बनता चलो फाइनली पहुँच गए आप बॉर्डर से चलो फिर मिलते हैं तुहानूं आप जल्दी